भी धुप्प किन्नी है, धुप्प दे विच ही लोग खड़े ने, इत्थे धुप्प दे विच ही इन्हां नूं कम करना पैंदा। बापू गर्मी च ज्यादा बहुत पसीना आउंदा होणा, दिल घबराउंदा होणा आ। जो होगा देखी जाओगे, ओह कबरो कालो कबरे करने पैणा जी। आज दो लड़के मेरे बैठे होए आ, ओह कहिंदे जी खाओ तो कमाओ, ओह नहीं पुछदे बात, ओह खर्चा नहीं दिंदे। कल्ले हो परिवार दे विच कोई भैण भरा तां कोई नहीं, कल्ले रहे आ जी। ਬਜ਼ੁਰਗ ਉਮਰ ਦੇ ਵਿੱਚ ਇੰਨੇ ਬਜ਼ੁਰਗ ਹੋ ਗਏ, ਤੁਸੀਂ ਹੱਲੇ ਵੀ ਰਿਕਸ਼ਾ ਚਲਾਉਂਦੇ ਹੋ? ਉਹ ਮੇਰਾ ਮੁੰਡਾ ਕੋਈ ਨਾ, ਮੁੰਡਾ ਨਹੀਂ, ਮੁੰਡਾ ਇਹ ਮਰ ਗਿਆ, ਛੇ ਸਾਲ ਹੋ ਗਿਆ ਤੇ ਭਾਈ ਰਿਕਸ਼ੇ ਤੇ ਸਵਾਰੀ ਬੈਠਦੀ ਨਹੀਂ ਹੈਗੀ। ਕਾਰਨ ਕੀ ਲੱਗਦਾ ਕਿਉਂ ਨਹੀਂ ਬੈਂਦੀ? ਇਹਦੇ ਤੇ ਬੈਠਣਾ ਪਸੰਦ ਹੀ ਨਹੀਂ ਕਰਦੀ, ਪਤਾ ਨਹੀਂ ਕੀ ਗੱਲ। ਇੱਕ ਉਹ ਇੰਡੀਅਨ ਲਾਈਨ ਦੇ ਬਾਈਪਾਸ ਤੇ ਕਰਦਾ, ਇੱਕ ਬੈਂਕ ਜੀ ਕਰਦਾ। ਅੱਛਾ, ਬੈਂਕ 'ਚ ਨੌਕਰੀ ਕਰਦਾ? ਆ ਪੁੱਛਦਾ ਹੀ ਨਹੀਂਗਾ, ਰੋਟੀ ਪਾਣੀ ਤਾਂ ਵੀ ਨਹੀਂ ਪੁੱਛਦਾ। ਮੇਰੀ ਉਮਰ 70 ਦੀ। 70 ਸਾਲ ਸਵਾਰੀਆਂ ਖਿੱਚ ਲੈਂਦੇ ਉਨੀ ਉਮਰ ਦੇ ਵਿੱਚ? ਮੇਰਾ ਸਰੀਰ ਕੰਮ ਨਹੀਂ ਕਰਦਾ, ਫਿਰ 3 ਸਾਲ ਹੋ ਗਏ ਮੈਨੂੰ ਫਿਰ ਗੱਡੀ ਆਈ ਹੈ। ਪਹਿਲੇ ਉਹੀ ਸਵਾਰੀ ਸੀ ਜਿਹੜੀ ਬਾਗਮ ਸਵਾਰੀ ਸੀ ਸਾਡੀ, ਉਹੀ ਸਾਡੇ ਨਾਲ ਜਾਂਦੀਆਂ ਸੀ, ਉਹ ਵੀ ਨਹੀਂ ਹੁਣ ਜਾਂਦੀਆਂ ਸੀ। ਅੱਜ ਜਦੋਂ ਦਾ ਸਾਲ 2 ਸਾਲ ਹੋ ਗਏ ਨਾ, ਇਹ ਰਿਕਸ਼ਾ ਜ਼ਿਆਦਾ ਹੋ ਗਿਆ। ਕਲੋਜ਼ ਅਪ ਜਿਹੜਾ ਸ਼ਾਟ ਲੈਣ ਦੇਖ ਸਕਦੇ ਹੋ ਕਿ ਇੰਨੀ ਗਰਮੀ ਹੈ, ਇੰਨੀ ਗਰਮੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੁੜ ਕੇ ਆਇਆ ਹੋਇਆ ਇਹਨਾਂ ਨੂੰ, ਪਰ ਫਿਰ ਵੀ ਇਹਨਾਂ ਦਾ ਜਿਹੜੀ ਇਹਨਾਂ ਨੇ ਮਜ਼ਦੂਰੀ ਕਰਨੀ ਹੀ ਪੈਂਦੀ ਹੈ, ਕਿਉਂਕਿ ਹੋਰ ਕੋਈ ਦੂਸਰਾ ਰਾਸਤਾ ਨਹੀਂ, ਕਮਾਈ ਦਾ ਕੋਈ ਸਾਧਨ ਨਹੀਂ ਹੈ, ਨਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੁਝ ਹੈ। ਲੌਕਡਾਊਨ ਤੋਂ ਪਹਿਲੇ ਦੀ ਗੱਲ ਹੈ ਜੀ, 600-600 ਰੁਪਈਆ ਬਣਾਏ ਤੇ ਜਦੋਂ ਲੌਕਡਾਊਨ ਲੱਗਾ ਕੰਮ ਖਤਮ ਹੀ ਹੋ ਗਿਆ। 400-250 ਰਿਕਸ਼ਾ ਘੱਟ ਸੀਗਾ, ਹਾਂ 2 ਸਾਲ ਤੋਂ ਇਹ ਰਿਕਸ਼ਾ ਜ਼ਿਆਦਾ ਹੋ ਗਿਆ, ਇਹ ਤਾਂ ਬਿਲਕੁਲ ਇਹਦਾ ਕੰਮ ਖਤਮ ਹੀ ਹੋ ਗਿਆ। ਬੋਲੋ, ਕੋਈ ਸਹੂਲਤ, ਕੋਈ ਪੈਨਸ਼ਨ ਵਗੈਰਾ ਮਿਲਦੀ ਹੈ? ਇਸ ਵਕਤ ਮੌਜੂਦ ਹਾਂ ਜਲੰਧਰ ਦੇ ਇੱਕ ਚੌਂਕ ਦੇ ਵਿੱਚ। ਪਿੱਛੇ ਦੇਖ ਸਕਦੇ ਹੋ ਕਿ 3 ਰਿਕਸ਼ੇ ਖੜ੍ਹੇ ਹੋਏ ਨੇ, ਦਿਹਾੜੀਦਾਰ ਜਿਹੜੇ ਲੋਕ ਨੇ ਜਿਹੜਾ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦੇ ਨੇ। ਪਰ ਅੱਜ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਦੇ ਵੀ ਕਹਿਣਾ ਹੈ ਕਿ ਜਦੋਂ ਦਾ ਈ ਰਿਕਸ਼ਾ ਆਇਆ ਇਹਨਾਂ ਦਾ ਕਾਰੋਬਾਰ ਬਹੁਤ ਘੱਟ ਚੁੱਕਿਆ। ਸੋ ਗਰਮੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਠੰਡ ਹੋਵੇ, ਕੁਛ ਵੀ ਹੋਵੇ, ਹਰ ਮੌਸਮ ਦੇ ਵਿੱਚ ਇਹਨਾਂ ਨੂੰ ਆਉਣਾ ਪੈਂਦਾ, ਦਿਹਾੜੀ ਲਾਉਣੀ ਪੈਂਦੀ ਹੈ, ਰੋਟੀ ਜੋਗਾ ਕਰਨਾ ਪੈਂਦਾ। ਗੱਲਬਾਤ ਕਰਦੇ ਹਾਂ, ਬੱਪੂ ਕੀ ਨਾਮ ਤੁਹਾਡਾ? ਮਿੰਦਰ ਪਾਲ। ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਰਿਕਸ਼ਾ ਚਲਾਉਂਦਿਆਂ ਨੂੰ? ਮੈਨੂੰ ਤਾਂ ਮੈਨੂੰ ਹੋਵੇ 30-40 ਸਾਲ। ਕਿੰਨੇ? 30-40 ਸਾਲ। 30-40 ਸਾਲ ਹੋ ਗਏ। 70 ਸਾਲ ਦੀ ਉਮਰ ਹੈ। 70 ਸਾਲ ਉਮਰ ਹੈ? ਇੰਨੀ ਬਜ਼ੁਰਗ ਉਮਰ ਦੇ ਵਿੱਚ ਇੰਨੇ ਬਜ਼ੁਰਗ ਹੋ ਗਏ, ਤੁਸੀਂ ਹੱਲੇ ਵੀ ਰਿਕਸ਼ਾ ਚਲਾਉਂਦੇ ਹੋ? ਉਹ ਮੇਰਾ ਮੁੰਡਾ ਕੋਈ ਨਹੀਂ ਨਾ, ਮੁੰਡਾ ਨਹੀਂ, ਮੁੰਡਾ ਇਹ ਮਰ ਗਿਆ, 40 ਸਾਲ ਹੋ ਗਿਆ। ਬੇਟਾ? ਕੁੜੀਆਂ ਇਹ ਕੁੜੀਆਂ ਗਈਆਂ। ਕੀ ਗੱਲ ਹੋਈ ਸੀ ਮੁੰਡੇ ਨੂੰ? ਮੁੰਡਾ ਬਿਮਾਰ ਹੋ ਗਿਆ ਸੀ, ਉਹ ਲਾਇਕ ਰਹਿ ਨਹੀਂ ਬੱਚਿਆ। ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੈਂ ਕੁੜੀ ਦੇ ਕੁੜੀ ਰੱਖੀ ਹੈ, ਛੋਟੀ ਕੁੜੀ ਹੈ, ਇੱਥੇ ਜਵਾਈ ਰੱਖਿਆ, ਜਵਾਈ ਨੂੰ ਗੱਲ ਕਰਦਾ ਬਾਹਰ। ਮਤਲਬ ਜਿੰਨੀ ਵੀ ਉਹ 50-60 ਹਜ਼ਾਰ ਰੁਪਇਆ ਲਾਇਆ ਸੀ, ਬਿਮਾਰ ਹੋ ਗਿਆ ਸੀ, ਸ਼ਰਾਬ ਨਹੀਂ ਖਾਂਦਾ। ਪੈਸੇ ਵੀ ਲਾਏ ਤਾਂ ਵੀ ਨਹੀਂ ਬਚਿਆ? ਉਹ ਨਹੀਂ, ਜਵਾਈ ਦੇ ਦੇਣਾ ਕਿੱਥੇ ਜਾ, ਬਾਹਰ ਕਰ ਛੱਡਿਆ ਸੀ, ਸਾਲ ਹੋ ਗਿਆ। ਆਪਣਾ ਕਮਾ ਲਿਖਾ ਉਹ ਕਮਾ ਲੈ ਅੱਧੇ ਕੁੜੀ ਨੂੰ ਕਿਰਾਏ ਦੇ, ਉਹ ਫਿਰ ਵੀ ਬੰਦਾ ਨਹੀਂ ਬਣਿਆ, ਤਨਖਾਹ ਦਿੰਦਾ ਨਹੀਂ, ਘਰ 2-3 ਹਜ਼ਾਰ ਦਿੰਦਾ, ਤਾਂ ਉਹਦੇ ਦਾ ਕੀ ਬਣਦਾ, ਉਹ ਖੱਡਲ ਰਹਿ ਦਿੰਦਾ। ਹਾਂ, ਦੋ ਮੁੰਡੇ, ਉਹ ਵੀ ਲੈਣ ਦਿੰਦਾ, ਕੁੜੀ ਵੀ ਲੈਂਦੀ ਹੈ, ਉਹ 3 ਹਜ਼ਾਰ ਦਾ ਕਿਰਾਇਆ ਦਿੰਦਾ, ਦਿਲ ਵਿਖਾ ਹੁਣ ਪਾਗਲ। ਜਿੱਦਾਂ ਨਿਆਣੇ ਲੈਣ ਦੇਣਾ ਉਹਨੂੰ ਕਾਲ ਖਾਲੀ ਨੂੰ ਜਵਾਬ ਹੋ ਗਿਆ, ਉਹਨਾਂ ਨੇ 10-15 ਬੰਦੇ ਕੱਢ, ਉਹ ਪਾਣੀ ਫਿਲਟਰ ਹੁੰਦਾ ਫੁੱਲੇ ਨਾਲ। ਆਪਣੇ ਮਕਾਨ ਦੇ ਵਿੱਚ ਰਹਿੰਦੇ ਜਾਂ ਕਿਰਾਏ ਦੇ ਮਕਾਨ 'ਚ? ਜਿਹੜਾ ਆਪਣਾ ਹੀ ਹੈ। ਆਪਣਾ ਹੀ ਹੈ? ਆਹਾ। ਉਹ ਹੁਣ ਇਹਨਾਂ ਢਵਾਇਆ ਮਕਾਨ, ਪੈਸੇ ਹੁਣ ਦਿਲ ਕਾਲ ਚੱਲਦਾ ਪਾਈਆਂ ਦੇ, ਆਪ ਉਹ ਪੈਸੇ ਫਸੇ ਆ, ਪੈਸੇ ਮਿਲੇ ਨਹੀਂ ਅਜੇ। ਅੱਛਾ ਬਾਪੂ, ਜੇ ਤੁਹਾਡੇ ਕੰਮ ਦੀ ਗੱਲ ਕਰੀਏ, ਕਿੰਨੀਆਂ ਕੁ ਸਵਾਰੀਆਂ ਬਿਠਾ ਕੇ, 2-3 ਸਵਾਰੀਆਂ ਬਿਠਾ ਕੇ ਚਲਾ ਲੈਂਦੇ ਹੋ ਆਰਾਮ ਨਾਲ? ਆਹੋ, ਖਿੱਚ ਲੈਂਦੇ ਹੋ? ਇੰਨੀ ਉਮਰ ਦੇ ਵਿੱਚ ਵੀ ਮਤਲਬ ਮਿਹਨਤ ਕਰਨੀ ਪੈਂਦੀ ਹੈ? ਇਸ ਇਹ ਜਿਹੜੀ ਉਮਰ ਹੁੰਦੀ ਹੈ, ਇਹ ਆਰਾਮ ਕਰਨ ਦੀ ਉਮਰ ਹੁੰਦੀ, ਪੋਤੇ ਪੋਤੀਆਂ ਨਾਲ ਖੇਡਣ ਦੀ ਉਮਰ ਹੁੰਦੀ ਹੈ? ਰਹਿ ਗਿਆ ਸੀ, ਮੈਂ ਘਰ ਰਹਿ ਗਿਆ 3-4 ਮਹੀਨੇ, ਮੇਰਾ ਸਰੀਰ ਕੰਮ ਨਹੀਂ ਕਰਦਾ, ਫਿਰ 3 ਸਾਲ ਹੋ ਗਏ ਮੈਨੂੰ ਫਿਰ ਗੱਡੀ ਆਈ ਹੈ, ਫਿਰ ਚੱਲਣਾ ਠੀਕ ਆ। ਅੱਛਾ, ਅੱਜ ਕੱਲ੍ਹ 350-400 ਬਹਿ ਜਾਂਦਾ ਘਰ। ਦਿਹਾੜੀ ਕਿੰਨੀ ਕੁ ਬਣ ਜਾਂਦੀ ਹੈ? 2-2 ਹਜ਼ਾਰ ਜੀ। 300-400 ਜੀ? 250 ਰਹਿ ਜਾਂਦਾ, ਕਦੇ 200 ਵੀ, ਕਦੇ 300, ਕਦੇ 400। ਮਤਲਬ ਘੱਟ ਤੋਂ ਘੱਟ 100-200 ਅਤੇ ਵੱਧ ਤੋਂ ਵੱਧ 300-400, ਇੰਨੀ ਕੁ ਬਣਦੀ ਹੈ? ਅੱਜ ਕੋਈ ਸਵੇਰ ਦੀ ਬੋਣੀ ਵੱਟਾ ਹੋਇਆ? ਹਾਂ, ਕਮਾਇਆ 200 ਰੁਪਈਆ।
ਕਿੰਨਾ ਕਿੰਨਾ ਕੁ ਪੂਰੇ ਦਿਨ ਵਿੱਚ ਕਿੰਨਾ ਕੁ ਲੌਂਗ ਰੂਟ ਖਿੱਚਣਾ ਪੈਂਦਾ, ਕਿੰਨਾ ਕੁ ਰਿਕਸ਼ਾ ਚਲਾਉਣਾ ਪੈਂਦਾ, ਸਵਾਰੀ ਦੇ ਹਿਸਾਬ ਨਾਲ ਹੁੰਦਾ? ਮੈਂ ਸਵੇਰੇ 9:30 ਵਜੇ ਆਉਂਦਾ ਅਤੇ 10 ਵਜੇ ਮੈਂ ਸ਼ਾਮ ਨੂੰ 5:30 ਵਜੇ ਚੱਲਿਆ। ਅੱਛਾ ਬਾਪੂ, ਇਹ ਦੱਸੋ ਕਿ ਬੰਦਾ ਕੋਈ ਗੱਲ ਨਹੀਂ। ਅੱਛਾ ਇਹ ਦੱਸੋ ਕਿ ਜਦੋਂ ਦਾ ਈ ਰਿਕਸ਼ਾ ਆਇਆ ਆ ਕੰਮ ਨੂੰ ਫਰਕ ਪਿਆ? ਹਾਂ, ਬਹੁਤ ਅੱਧੋ ਅੱਧ ਫਰਕ ਹੈ, ਜੇ ਐਸਾ ਤਾਂ 400 ਰੁਪਇਆ ਬਣਾ ਲਈਏ। ਅੱਛਾ, ਸ਼ਾਮ ਦੇ ਘਰ ਸ਼ਾਮ ਨੂੰ 5 ਵਜੇ ਟਿਕਟ 400-500 ਰੁਪਇਆ ਕਮਾਈ ਦੇ, 600 ਵੀ ਬਣ ਜਾਂਦਾ ਸੀ, ਹੁਣ ਇਹੋ ਆ ਜਾਂਦਾ 250। ਸਰਕਾਰ ਵੱਲੋਂ ਕੋਈ ਸਹੂਲਤ, ਕੋਈ ਪੈਨਸ਼ਨ ਵਗੈਰਾ ਮਿਲਦੀ ਆ? 1500 ਰੁਪਇਆ ਮਿਲਦਾ ਹੈ ਨਾ, ਉਹਦਾ ਵੀ ਚਲੋ ਕਾਫੀ ਹੈਲਪ ਹੋ ਜਾਂਦੀ ਹੋਣੀ ਆ। ਅਤੇ ਜੇ ਉੱਦਾਂ ਬਾਪੂ ਗੱਲ ਕਰੀਏ, 500 ਰੁਪਇਆ ਪਾ ਕੇ ਨਾ ਮੈਂ 10 ਰੁਪਏ ਪਾ ਦਿੰਦਾ ਘਰ, ਰਾਸ਼ਨ ਪੈ ਜਾਂਦਾ। ਆਹੋ, ਉਹ ਜਦੋਂ ਮਾਲ ਵਜਿਆ ਸਬਦਾ ਮੁਕਦਾ ਉਹ ਨਾਲ ਲੈ ਜਾਂਦੇ। ਸਵੇਰੇ ਆਉਂਦੇ ਕਿੰਨੇ ਵਜੇ? 9:30 ਵਜੇ। 9 ਵਜੇ ਵਾਪਸ ਜਾਂਦੇ ਕਿੰਨੇ ਵਜੇ? 5:30-6 ਵਜੇ ਕੰਮ ਦੇ ਹਿਸਾਬ ਨਾਲ। ਹੁਣ ਧੁੱਪ ਕਿੰਨੀ ਆ? ਇੱਕ ਵਾਰੀ ਮੈਂ ਕੈਮਰਾ ਮੈਨੂੰ ਕਿਹੜਾ ਚਾਹੁੰਗਾ, ਇੱਕ ਵਾਰੀ ਕੈਮਰਾ ਮਾਰੇ ਉੱਪਰ ਕਿ ਦੇਖ ਸਕਦੇ ਹੋ ਵੀ ਧੁੱਪ ਕਿੰਨੀ ਆ। ਧੁੱਪ ਦੇ ਵਿੱਚ ਹੀ ਇਹ ਲੋਕ ਖੜੇ ਨੇ, ਇੱਥੇ ਧੁੱਪ ਦੇ ਵਿੱਚ ਹੀ ਇਹਨਾਂ ਨੂੰ ਕੰਮ ਕਰਨਾ ਪੈਂਦਾ। ਬਾਪੂ, ਗਰਮੀ 'ਚ ਜ਼ਿਆਦਾ ਬਹੁਤ ਪਸੀਨਾ ਆਉਂਦਾ ਹੋਣਾ, ਦਿਲ ਘਬਰਾਉਂਦਾ ਹੋਣਾ ਆ? ਜੋ ਹੋਊਗਾ ਦੇਖੀ ਜਾਊਗੀ, ਉਹ ਕੰਮ ਤਾਂ ਕਰਨਾ ਹੀ ਪੈਣਾ ਜੀ। ਅੱਗੇ ਜਾ ਕੇ ਵੀ ਗੱਲਬਾਤ ਕਰਦੇ ਜੋ ਇਹਨਾਂ ਦੇ ਸਾਥੀ ਨੇ। ਸੋ ਇੱਕ ਚੌਂਕ ਦੇ ਵਿੱਚ ਰਿਕਸ਼ਾ ਇਹਨਾਂ ਨੇ ਖੜਾ ਕੀਤਾ, ਜੋ ਸਵਾਰੀ ਇਹਨਾਂ ਨੂੰ ਮਿਲਦੀ ਹੈ ਇੱਥੋਂ ਹੀ ਸਵਾਰੀ ਮਿਲਦੀ ਆ। ਦੋ ਬੰਦੇ ਹੋਰ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਰਾਜੂ। ਉਮਰ ਕਿੰਨੀ ਤੁਹਾਡੀ? ਮੇਰੀ ਭਾਈ 56 ਸਾਲ। ਹਾਂਜੀ, 56 ਸਾਲ। ਅੱਛਾ, ਜੇ ਗੱਲ ਕਰੀਏ ਵੀ ਈ ਰਿਕਸ਼ਾ ਆ ਚੁੱਕਿਆ ਹੈ ਨਾ? ਹਾਂਜੀ ਹਾਂਜੀ। ਈ ਰਿਕਸ਼ੇ ਆਉਣ ਦੇ ਨਾਲ ਕੰਮ ਨੂੰ ਫਰਕ ਕਿੰਨਾ ਕੁ ਪਿਆ? ਬਹੁਤ ਜ਼ਿਆਦਾ। ਇੱਥੇ ਭਾਈ ਰਿਕਸ਼ੇ 'ਤੇ ਸਵਾਰੀ ਬੈਠਦੀ ਨਹੀਂ ਹੈਗੀ ਹੁਣ। ਕਾਰਨ ਕੀ ਲੱਗਦਾ, ਕਿਉਂ ਨਹੀਂ ਬਹਿੰਦੀ? ਇਹਦੇ 'ਤੇ ਬੈਠਣਾ ਪਸੰਦ ਹੀ ਨਹੀਂ ਕਰਦੀ, ਪਤਾ ਨਹੀਂ ਕੀ ਗੱਲ। ਪਹਿਲੇ ਉਹੀ ਸਵਾਰੀ ਸੀ ਜਿਹੜੀ ਬਾਕਮ ਸਵਾਰੀ ਸੀ ਸਾਡੀ, ਉਹੀ ਸਾਡੇ ਨਾਲ ਜਾਂਦੀਆਂ ਸੀ, ਉਹ ਵੀ ਨਹੀਂ ਹੁਣ ਜਾਂਦੀਆਂ ਜੀ। ਅੱਜ ਜਦੋਂ ਦਾ 2 ਸਾਲ ਹੋ ਗਏ ਨਾ, ਈ ਰਿਕਸ਼ਾ ਜ਼ਿਆਦਾ ਹੋ ਗਿਆ, ਉਹ ਵੀ ਨਹੀਂ ਹੁਣ ਜਾਂਦੀਆਂ ਸਾਡੀ। ਤੁਹਾਨੂੰ ਨਹੀਂ ਲੱਗਾ ਵੀ ਤੁਸੀਂ ਵੀ ਪੈਸੇ ਜੋੜ ਕੇ ਈ ਰਿਕਸ਼ਾ ਲੈ ਲਓ? ਹੁਣ ਪੈਸੇ ਹੋਊਗੇ ਤਾਂ ਲਵਾਂਗੇ। ਕਿੰਨੇ ਸਾਲ ਹੋ ਗਏ ਰਿਕਸ਼ਾ ਚਲਾਉਂਦੇ ਨੂੰ? ਰਿਕਸ਼ਾ ਚਲਾਉਂਦੇ ਸਾਨੂੰ ਲਗਭਗ ਹੋ ਗਿਆ ਭਾਈ 25 ਸਾਲ ਹੋ ਹੀ ਗਏ। ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਮੈਂ ਇਕੱਲਾ ਹੀ, ਮੈਂ ਵਿਆਹ ਵੀ ਨਹੀਂ ਕਰਵਾਇਆ, ਮੈਂ ਇਕੱਲਾ ਹੀ ਰਹਿੰਦਾ ਹਾਂ। ਕਿਰਾਏ 'ਤੇ ਰਹਿੰਦੇ ਹੋ? ਨਾ, ਡਿਫੈਂਸ ਕੋਲੋਂ ਨਹੀਂ ਪਲਾਟ ਮਿਲਿਆ, ਫਰੀ ਹੈਗਾ, ਉੱਥੇ ਰਹਿੰਦੇ 3 ਜਣੇ। ਰਿਸ਼ਤੇਦਾਰ ਨਾਲ ਜਾਂ ਉੱਦਾਂ? ਉਹ ਬਈਏ ਯੂਪੀ ਦੇ ਹੈਗੇ, 2 ਮੇਰੇ ਨਾਲ ਰਹਿੰਦੇ ਆ। ਅੱਛਾ, ਇਕੱਲੇ ਹੋ ਪਰਿਵਾਰ ਦੇ ਵਿੱਚ? ਕੋਈ ਭੈਣ ਭਰਾ ਤਾਂ? ਕੋਈ ਨਹੀਂ, ਇਕੱਲੇ ਰਹਿੰਦੇ ਅਸੀਂ। ਆਪ ਓਨਾ ਕੁ ਕਮਾਉਣਾ, ਓਨਾ ਕੁ ਖਾ ਲੈਣਾ? ਹਾਂਜੀ ਹਾਂਜੀ। ਜੇ ਚਲੋ ਕੰਮ ਦੀ ਆਪਾਂ ਹੁਣ ਗੱਲ ਕਰਦੇ, ਸਵੇਰੇ ਆਉਂਦੇ ਕਿੰਨੇ ਵਜੇ? ਮੈਂ ਭਾਈ ਸਵੇਰੇ ਆ ਜਾਂਦਾ 7:15 ਵਜੇ। ਵਾਪਸੀ? ਵਾਪਸੀ ਰੋਜ਼ ਜਾਈਦਾ 3:30 ਵਜੇ ਗਰਮੀ ਨਾਲ। ਅੱਜ ਇੱਕ 5 ਵਜੇ ਸਵਾਰੀ ਆ, ਉਹਨੂੰ 5 ਵਜੇ ਸਵਾਰੀ ਨੂੰ ਬੱਸ ਸਟੈਂਡ ਛੱਡ ਕੇ ਪੋਲੀਟੈਕਨਿਕ ਵਾਲੇ ਤੋਂ ਫਿਰ ਛੁੱਟੀ ਕਰਨੀ ਆ। ਅੱਛਾ, ਜੇ ਗੱਲ ਕਰੀਏ ਵੀ ਰੋਜ਼ ਕਿੰਨੀਆਂ ਕੁ ਸਵਾਰੀਆਂ ਆ ਜਾਂਦੀਆਂ ਨੇ? ਭਾਈ ਬਣਾ ਹੀ ਲਈਦਾ 150-200 ਬਣ ਹੀ ਜਾਂਦਾ ਹੈ। ਸਰ ਜਾਂਦੇ ਨੇ ਨਾਲ? ਸਰਕਾਰ ਵੱਲੋਂ ਕੋਈ ਸਹੂਲਤ ਹੈ? ਕੋਈ ਸਹੂਲਤ ਨਹੀਂ। ਕੋਈ ਪੈਨਸ਼ਨ ਵਗੈਰਾ? ਨਾ, ਕੋਈ ਪੈਨਸ਼ਨ ਨਹੀਂ, ਕੋਈ ਸਹੂਲਤ ਨਹੀਂ ਹੈਗੀ। ਕੋਈ ਮੀਂਹ ਹੋਵੇ, ਹਨੇਰੀ ਹੋਵੇ, ਕੁਛ ਵੀ ਹੋਵੇ, ਗਰਮੀ ਸਰਦੀ, ਤੁਹਾਨੂੰ ਆਪਣਾ ਕੰਮ ਕਰਨਾ ਹੀ ਪੈਂਦਾ? ਨਹੀਂ ਕਰਨਾ ਜੀ। ਸਵੇਰ ਦੀ ਕੋਈ ਬੋਣੀ ਵੱਟਾ ਹੋਇਆ? ਹਾਂਜੀ ਹਾਂਜੀ, ਬਣਾਇਆ 150 ਰੁਪਇਆ। ਇੱਕ ਵਾਰੀ ਮੈਂ ਕੈਮਰਾਮੈਨ ਸਾਹਿਬ ਨੂੰ ਕਹਿਣਾ ਚਾਹੁੰਗਾ, ਇੱਕ ਵਾਰੀ ਇਹਨਾਂ ਦੇ ਕਲੋਜ਼ ਅਪ ਜਿਹੜਾ ਸ਼ੋਟ ਲੈਣ, ਦੇਖ ਸਕਦੇ ਹੋ ਕਿ ਇੰਨੀ ਗਰਮੀ ਹੈ, ਇੰਨੀ ਗਰਮੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੁੜ ਕੇ ਆਇਆ ਹੋਇਆ ਇਹਨਾਂ ਨੂੰ, ਪਰ ਫਿਰ ਵੀ ਇਹਨਾਂ ਦਾ ਜਿਹੜੀ ਇਹਨਾਂ ਨੇ ਮਜ਼ਦੂਰੀ ਕਰਨੀ ਹੀ ਪੈਂਦੀ ਹੈ, ਕਿਉਂਕਿ ਹੋਰ ਕੋਈ ਦੂਸਰਾ ਰਾਸਤਾ ਨਹੀਂ, ਕਮਾਈ ਦਾ ਕੋਈ ਸਾਧਨ ਨਹੀਂ ਹੈ, ਨਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੁਝ ਹੈ। ਅੱਜ ਅਸੀਂ ਇਹ ਸੋਚਿਆ ਕਿ ਕਿਉਂ ਨਾ ਜਾ ਕੇ ਇਹਨਾਂ ਲੋਕਾਂ ਦੇ ਨਾਲ ਵੀ ਗੱਲ ਕੀਤੀ ਜਾਵੇ, ਇਹਨਾਂ ਦਾ ਜੋ ਦੁੱਖ ਦਰਦ ਹੈ ਉਹ ਸੁਣਿਆ ਜਾਵੇ, ਪਬਲਿਕ ਦੇ ਮੂਹਰੇ ਲੈ ਕੇ ਆਇਆ ਜਾਵੇ। ਕਿਉਂਕਿ ਇੱਕ ਸਮਾਂ ਹੁੰਦਾ ਸੀਗਾ ਵੀਰ ਜੀ, ਇੱਕ ਸਮਾਂ ਹੁੰਦਾ ਸੀਗਾ ਜਦੋਂ ਰਿਕਸ਼ੇ ਦਾ ਕੰਮ ਬਹੁਤ ਹੁੰਦਾ ਸੀਗਾ। ਅੱਜ ਤੋਂ ਜੇ 30-35 ਸਾਲ ਜਾਂ 20 ਸਾਲ ਦੀ ਪਹਿਲਾਂ ਦੀ ਗੱਲ ਕਰੀਏ, ਆਹ ਲੋਕਡਾਊਨ ਤੋਂ ਪਹਿਲੇ ਦੀ ਗੱਲ ਹੈ ਜੀ, 600-600 ਰੁਪਇਆ ਬਣਾਇਆ ਇੱਥੇ। ਜਦੋਂ ਲੋਕਡਾਊਨ ਲੱਗਾ ਕੰਮ ਖਤਮ ਹੀ ਹੋ ਗਿਆ ਬਿਲਕੁਲ ਹੀ। ਉਦੋਂ ਥੋੜ੍ਹੇ ਦਿਨ ਪਹਿਲੇ ਈ ਰਿਕਸ਼ਾ ਘੱਟ ਸੀਗਾ, ਆਹ 2 ਸਾਲ ਤੋਂ ਈ ਰਿਕਸ਼ਾ ਜ਼ਿਆਦਾ ਹੋ ਗਿਆ, ਇਹ ਤਾਂ ਬਿਲਕੁਲ ਇਹਦਾ ਕੰਮ ਖਤਮ ਹੀ ਹੋ ਗਿਆ ਆ। ਕੀ ਨਾਮ ਜੀ ਤੁਹਾਡਾ? ਕੀ ਨਾਮ ਹੈ? ਮੇਰਾ ਨਾਮ ਗਰੀਬ ਦਾਸ। ਗਰੀਬ ਦਾਸ, ਕਿੰਨਾ ਸਮਾਂ ਹੋ ਗਿਆ ਰਿਕਸ਼ਾ ਚਲਾਉਂਦੇ ਨੂੰ? ਬਾਈ ਨੇ ਚੇਂਜ ਹੋ ਗਿਆ, 20-25 ਸਾਲ। 20-25 ਸਾਲ ਹੋ ਗਏ? ਹਾਂਜੀ ਹਾਂਜੀ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 70 ਦੀ। 70 ਸਾਲ ਉਮਰ? ਹਾਂਜੀ। ਸਵਾਰੀਆਂ ਖਿੱਚ ਲੈਂਦੇ ਉਨੀ ਉਮਰ ਦੇ ਵਿੱਚ? ਹਾਂਜੀ ਹਾਂਜੀ ਹਾਂਜੀ। ਕੋਈ ਜਿੱਦਾਂ ਹੁਣ ਮੈਂ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਆ, ਈ ਰਿਕਸ਼ਾ ਆਉਣ ਦੇ ਨਾਲ ਤੁਹਾਡੇ ਕੰਮ 'ਤੇ ਕਾਫੀ ਅਸਰ ਪਿਆ ਹੈ। ਬਹੁਤ ਜ਼ਿਆਦਾ। ਕਿੰਨਾ ਕੁ ਅਸਰ ਪਿਆ? ਬਹੁਤ ਜ਼ਿਆਦਾ ਜੀ। ਫਿਰ ਵੀ ਕਿੰਨਾ ਕੁ ਅਸਰ? ਬਹੁਤ ਜ਼ਿਆਦਾ ਹੀ ਪੈ ਗਿਆ, ਬਹਿੰਦੀ ਨਹੀਂ ਸਵਾਰੀ।
फर्क है ज्यादा अद्धी का ज्यादा ही ज्यादा ही अभी मंगने 50-60 कहने 20 रुपये जिते मर्जी चलो अभी मंगने 50-60 रुपये। परिवार के कौन कौन थोड़े परिवार के दो लड़के मेरे बह हो कहते जी खाओ तो कमाओ वो नहीं पूछते बात कोई खर्चा नहीं देंगे वजह की कहीं मैं ही अपने न्याणे पालने भावुक हो रहे हो ना। हाँ जी हाँ जी कोई नहीं पूछ देख सकते हो कि मजबूरियां ने बंदे दिया के पुत्रां नूं पढ़ाया लिखाया काबल बनाया नौकरी करते ने। हाँ नौकरी करते हैं। कि नौकरी करते ने? एक इंडियन लाइन बाईपास एक करता एक बैंक जी करता। अच्छा बैंक जो नौकरी करता? हाँ पूछते ही नहीं गा रोटी पानी तो भी नहीं पुछते वो कहते भी अपनी कमाओ तो अपनी खाओ। बीबी नाल है? हाँ बीबी हैगी वखरे रेंदे हो तुसी? पर मेरी नाल रेंदी है। नहीं तुसी पर अपने मुंडे नालों वखरे रेंदे हो? वखरे कल्ला ही मैं दोवें जी अभी वखरे रेंदे दोनों जी तुसी वखरे रेंदे हो तो मुंडे वखरे उन्होंने वखरे किया जो तुसी कैसे वखरे होना आपे हो गए आपे ही कहीं अपने खाओ कमाओ। तुसी किराए ते रेंदे हो? नहीं मेरे मकान अपना ही है मकान तो अपना ही है। गर्मी होवे सर्दी होवे कोई मौसम होवे तुहानू अपनी दिहाड़ी मजदूरी करनी पैंदी है? हाँ जी हाँ जी। सवेर दी कोई सवारी आई है? हाँ जी कोई नहीं एक होनी भी नहीं हुई हले गेड़ा ला 50 रुपए दा गोविंदगढ़ दा बाग मतलब हुण इन्ना समा हो चुका है तो सिर्फ एक ही गेड़ा लगा कोई बहिंदी नहीं सवारी उधर चल जाती दौड़ के मतलब रिक्शे तो बहन नालों ई रिक्शे दे विच बहना पसंद करदी सवारी? हाँ जी हाँ जी हाँ जी। तो पैसा जुड़दा तुहाडा? हाँ जी जिन्ना क कमा लिया उन्ना खा लिया रात नूं नहीं खा लैंदे। तो देख सकते हो कि तीन जिहड़े रिक्शा चालक ने तीन रिक्शा चालक दे नाल आपां गलबात कीती है कि उन्होंने जो उन्हों का जो दुख दर्द है जिस तरीके दे नाल वो इन्ना इन्नी उम्र दे विच भी कम करते हैं। सो कितना कितने असी किसी के विरुद्ध नहीं कि ई रिक्शा चलो अपना काम करते हैं ये अपना काम करते हैं पर ई रिक्शा आने के नाल इन्हों का कम कितना कितने जिहड़ा ठप हो चुका है। तुसीं अपने सुझाव साडे नाल सांझे कर सकते हो इस पेशकश के देखते रहो पंजाबी नैशनल टीवी। उम्मीद तुहाडी कोशिश साडी। सत श्री अकाल।